ਬੀਤੇ ਦਿਨ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਮੋਗਾ ਵਿਖੇ ਪਾਰਟੀ ਅਹੁਦੇਦਾਰਾਂ ਤੇ ਜੋਧਪੁਰ ਕੈਦ ਕੱਟ ਚੁੱਕੇ ਸਿੰਘਾਂ ਤੇ ਰਾਗੀ ਕ੍ਰਾਂਤੀ ਸਭਾ ਨਾਲ ਪੰਥਕ ਮੁੱਦਿਆਂ ਤੇ ਮੀਟਿੰਗ ਕੀਤੀ। ਮੀਟਿੰਗ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਮੋਗਾ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸਕੱਤਰ ਨਿਰਭੈ ਸਿੰਘ, ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਮੋਗਾ, ਭਾਈ ਗੁਰਮੀਤ ਸਿੰਘ ਬਜਵਾਣਾ ਤੇ ਭਾਈ ਜਸਵਿੰਦਰ ਸਿੰਘ ਘੋੜੀਆ ਕੌਮੀ ਜਨਰਲ ਸਕੱਤਰ ਨੇ ਹਿੱਸਾ ਲਿਆ ਅਤੇ ਜੋਧਪੁਰ ਜੇਲ੍ਹ ਵਿੱਚ ਕੈਦ ਕੱਟ ਕੇ ਆਏ ਭਾਈ ਮੱਗਰ ਸਿੰਘ, ਚਮਕੌਰ ਸਿੰਘ, ਜਸਵੰਤ ਸਿੰਘ, ਬਲਦੇਵ ਸਿੰਘ, ਭਾਈ ਪੂਰਨ ਸਿੰਘ ਨਿਹੰਗ ਅਤੇ ਗੁਰਮਤਿ ਰਾਗੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਭਾਈ ਰਣਜੀਤ ਸਿੰਘ, ਬਾਜ ਸਿੰਘ, ਇਕਬਾਲ ਸਿੰਘ, ਹਰਨੇਕ ਸਿੰਘ ਤੇ ਹੋਰਨਾਂ ਸਤਿਕਾਰਤ ਸਿੰਘਾਂ ਨੇ ਹਿੱਸਾ ਲਿਆ ਅਤੇ ਯੂਨਾਈਟਿਡ ਅਕਾਲੀ ਦਲ ਨਾਲ ਪੰਥਕ ਸੰਘਰਸ਼ਾਂ 'ਚ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ।